ਰਗਵੀਰ ਸਿੰਘ ਬੀਰ ਦੀ ਪੁਸਤਕ ਚੜ੍ਹਦੀ ਕਲਾ ਦਾ ਅਗਲਾ ਵਿਸ਼ਾ ਹੈ ਮਹਾਪੁਰਖਾਂ ਦਾ ਸੰਗ ਮਹਾਪੁਰਖਾਂ ਦਾ ਦਰਸ਼ਨ ਕਰਨਾ ਵੀ ਲਾਭ ਤੋਂ ਖਾਲੀ ਨਹੀਂ ਹੁੰਦਾ ਉਹਨਾਂ ਦੇ پاس ਰਹਿਣਾ ਸੇਵਾ ਕਰਨੀ ਉਹ ਤੋਂ ਵੀ ਚੰਗੀ ਤੇ ਲਾਭਦਾਇਕ ਗੱਲ ਹੈ ਸਭ ਤੋਂ ਚੰਗੀ ਤੇ ਲਾਭਦਾਇਕ ਗੱਲ ਮਹਾਪੁਰਖਾਂ ਦੇ ਅਸਲ ਅਰਥਾਂ 'ਚ ਨਜ਼ਦੀਕ ਹੋਣਾ ਹੈ ਮਹਾਪੁਰਖਾਂ ਦੇ ਨਜ਼ਦੀਕ ਹੋਣ ਦਾ ਮਾਣ ਕਿਸੇ ਸੁਭਾਗੀ ਪੁਰਸ਼ ਨੂੰ ਪ੍ਰਾਪਤ ਹੁੰਦਾ ਹੈ ਮਹਾਪੁਰਖ ਦੇ ਆਲੇ ਦੁਆਲੇ ਹਜ਼ਾਰਾਂ ਲੋਕ ਰਹਿੰਦੇ ਹੋਏ ਵੀ ਉਸ ਤੋਂ ਅਸਲ ਅਰਥਾਂ 'ਚ ਬਹੁਤ ਦੂਰ ਰਹਿ ਜਾਂਦੇ ਐ ਮਹਾਪੁਰਖ ਦੀ ਦਿਨ ਰਾਤ ਦੀ ਸੇਵਾ ਕਰਨ 'ਚ ਜੀਵਨ ਬਤੀਤ ਕਰਨ ਵਾਲੇ ਵੀ ਜ਼ਰੂਰੀ ਨਹੀਂ ਕਿ ਮਹਾਪੁਰਖ ਦੇ ਨਿਕਟ ਵਰਤੀ ਕਹਾ ਸਕਣ ਗੁਰਨਾਨਕ ਦੇ ਦਰਸ਼ਨ ਲੱਖਾਂ ਪੁਰਸ਼ਾਂ ਨੇ ਕੀਤੇ ਹੋਣਗੇ ਆਪ ਦੀ ਸੇਵਾ 'ਚ ਵੀ ਹਜ਼ਾਰਾਂ ਆਦਮੀ ਰਹੇ ਹੋਣਗੇ ਪਰ ਆਪ ਦਾ ਖਮਰਾਜ਼ ਅਸਲ ਅਰਥਾਂ 'ਚ ਭਾਈ ਲੈਣਾ ਹੀ ਬਣ ਸਕਿਆ ਇਹਦਾ ਕੀ ਸਬਬ ਸੀ ਇਸ 'ਚ ਕੀ ਭੇਤ ਸੀ ਕੀ ਮਹਾਪੁਰਖ ਕਿਸੇ ਆਦਮੀ ਦਾ ਖਾਸ ਲਿਹਾਜ਼ ਕਰਦੇ ਹੈ ਐਸਾ ਕਰਨ ਤਾ ਮਹਾਪੁਰਖ ਕਾਦੇ ਉਹਨਾਂ ਦੀ ਨਜ਼ਰ ਵਿੱਚੋਂ ਤਾਂ ਦ્વੈਤ ਉੱਕਾ ਹੀ ਦੂਰ ਹੋ ਚੁੱਕੀ ਹੁੰਦੀ ਹੈ ਮਹਾਪੁਰਖ ਕਿਸੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਦੇ ਆਪਣਾ ਸਭ ਕੁਝ ਸੰਸਾਰ ਨੂੰ ਦੇਣ ਵਾਸਤੇ ਤਿਆਰ ਹੁੰਦੇ ਹੈ ਪਰ ਜੀ ਜੋ ਅਜਰਦਾਤ ਡਿਵਾਈਨ ਨੋਲੇਜ ਉਹ ਇਨਸਾਨ ਨੂੰ ਦੇਣਾ ਚਾਹੁੰਦੇ ਹੈ ਉਹਨੂੰ ਕਬੂਲਣ ਤੇ ਸੰਭਾਲਣ ਲਈ ਉਨੂੰ ਸਾਹਮਣੇ ਵਰਤਣ ਲਈ ਇਨਸਾਨ ਨੂੰ ਖਾਸ ਤਿਆਰੀ ਕਰਨੀ ਪੈਂਦੀ ਹੈ ਆਪਣੇ ਦਿਮਾਗ 'ਚ ਖਾਸ ਸਿਫਤਾਂ ਪੈਦਾ ਕਰਨੀਆਂ ਪੈਂਦੀਆਂ ਆਪਣੇ ਦਿਲ ਦਿਮਾਗ ਨੂੰ ਆਪਣੇ ਜੀਵਨ ਨੂੰ ਇੱਕ ਖਾਸ ਸੰਚੇ ਚ ਢਾਲਣਾ ਪੈਂਦਾ ਜਿਵੇਂ ਸ਼ਸਤਰ ਵਿਦਿਆ ਸਿਖਾਉਣ ਤੋਂ ਪਹਿਲਾਂ ਡਾਕਟਰ ਸਿਪਾਈ ਦੀ ਜਿਸਮਾਨੀ ਹਾਲਤ ਪਾਸ ਕਰਦੇ ਹਨ ਜਿਵੇਂ ਸਿਤਾਰਿਆਂ ਦਾ ਇਲਮ ਸਿਖਾਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮੈਥਮੈਟਿਕਸ ਦਾ ਆਉਣਾ ਜ਼ਰੂਰੀ ਹੈ ਇਸੇ ਤਰ੍ਹਾਂ ਆਤਮ ਗਿਆਨ ਸਿਖਾਉਣ ਤੋਂ ਪਹਿਲੇ ਸਿੱਖ ਨੂੰ ਆਪਣਾ ਜੀਵਨ ਇੱਕ ਖਾਸ ਤਰ੍ਹਾਂ ਦਾ ਬਣਾਉਣਾ ਜ਼ਰੂਰੀ ਹੈ ਆਤਮਕ ਗਿਆਨ ਕੁਲ ਇਲਮਾਂ ਤੋਂ ਉੱਚਾ ਤੇ ਮੁਸ਼ਕਿਲ ਹੈ ਹਰ ਇੱਕ ਇਲਮ ਹਾਸਲ ਕਰਨ ਨਾਲ ਇਨਸਾਨ ਦੀ ਇੱਜ਼ਤ ਤੇ ਤਾਕਤ ਵੱਧ ਜਾਂਦੀ ਹੈ ਪਰ ਆਤਮ ਗਿਆਨ ਦੇ ਹਾਸਲ ਹੋਣ ਨਾਲ ਤਾਂ ਇਨਸਾਨ ਦੀ ਇੱਜ਼ਤ ਤੇ ਤਾਕਤ ਦਾ ਕੁਝ ਠਿਕਾਣਾ ਹੀ ਨਹੀਂ ਰਹਿੰਦਾ ਇਸ ਇੱਜ਼ਤ ਤੇ ਤਾਕਤ ਨੂੰ ਪਛਾਣਨ ਸੰਭਾਲਨ ਠੀਕ ਵਰਤੋਂ 'ਚ ਲਿਆਉਣ ਵਾਸਤੇ ਜ਼ਰੂਰੀ ਹੈ ਇਨਸਾਨ ਦੀ ਤਬੀਅਤ ਇੱਜ਼ਤ ਤੇ ਤਾਕਤ ਤੋਂ بے ਪਰਵਾਹੀ ਕੀਤੇ ਜਾ ਮਠਾਈ ਉਹ ਆਦਮੀ ਠੀਕ ਤੌਰ ਤੇ ਵੰਡ ਸਕਦਾ ਹੈ ਜ ਜੀ ਦੀ ਆਪਣੀ ਤਬੀਅਤ ਮਠਾਈ ਤੋਂ ਰੱਜੀ ਹੋਈ ਹੋਵੇ ਦੌਲਤ ਉਹ ਆਦਮੀ ਚੰਗੀ ਤਰ੍ਹਾਂ ਵੰਡ ਸਕਦਾ ਜਿਹੜਾ ਖੁਦ ਦੌਲਤ 'ਚ ਰੱਜਿਆ ਤੇ ਬੇਪਰਵਾਹ ਹੋਵੇ ਇਸੇ ਤਰ੍ਹਾਂ ਇੱਜ਼ਤ ਦਾ ਭੁੱਖਾ ਦੁਨੀਆਂ ਨੂੰ ਇੱਜ਼ਤ ਮਰਤਬੇ ਉੱਚੀਆਂ ਪਦਵੀਆਂ ਨਹੀਂ ਵੰਡ ਸਕਦਾ ਤੇ ਜੀਵਨ ਦਾ ਭੁੱਖਾ ਲੋਕਾਂ ਨੂੰ ਜੀਵਨ ਧਾਨ ਨਹੀਂ ਦੇ ਸਕਦਾ ਆਤਮ ਗਿਆਨੀ ਸੰਸਾਰ ਦੀ ਜੀਵਨ ਕਲਾ ਦੇ ਭੇਦ ਤੋਂ ਵਕਫ ਹੋ ਚੁੱਕਾ ਹੈ ਜੀਵਨ ਦੀ ਕਟਾਂ ਦੇ ਸਭ ਰਾਜ਼ ਉਸ ਅਗੇ ਖੁੱਲ ਜਾਂਦੇ ਹਨ ਅਨੰਤ ਜੀਵਨ ਇਨਫਿਨਿਟ ਲਾਈਫ ਦਾ ਗਿਆਨ ਹਾਸਲ ਕਰਕੇ ਉਸ ਜੀਵੀ ਜੀਵਨ ਮੋਰਲ ਲਾਈਫ ਤੋਂ ਰੱਜ ਜਾਂਦਾ ਹੈ ਇਥੋਂ ਤੱਕ ਕਿ ਉਹ ਇਸ ਤੋਂ ਬੇਪਰਵਾਹ ਹੋ ਕੇ ਆਖਦਾ ਹੈ ਕਬੀਰ ਜਿਸ ਮਰਨੇ ਤੇ जग ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰ ਇਹੀ ਕਾਰਨ ਹੈ ਕਿ ਪੂਰਨ ਸਤਗੁਰੂ ਆਪਣੇ ਸਿੱਖਾਂ ਨੂੰ ਸੱਚ ਦੇ ਖੋਜੀਆਂ ਨੂੰ ਹੱਕ ਦੇ ਤਾਲਬਾਂ ਨੂੰ ਆਖਰੀ ਮੰਜ਼ਲ ਨਿਰਭੈ ਪਦ ਤੇ ਪਹੁੰਚਣ ਦੀ ਔਖੀ ਪਰ ਜ਼ਰੂਰੀ ਸ਼ਰਤ ਦੱਸਦੇ ਆ ਬੜੀ ਸਾਫ਼ ਗੋਈ ਤੂ ਕੰਮ ਲੈਂਦੇ ਐ ਕੋਈ ਸਬਜ਼ ਬਾਗ ਨਹੀਂ ਦਿਖਾਉਂਦੇ ਕਿਸੇ ਸਵਰਗ ਦਾ ਲਾਲਚ ਨਹੀਂ ਦਿੰਦੇ ਆਤਮਕ ਜੀਵਨ ਦੀ ਟੀਸੀ ਤੇ ਚੜਨ ਦੇ ਬਿਲਾਕਿਆਂ ਨੂੰ ਆਪ ਫਰਮਾਉਂਦੇ ਐ ਪਹਿਲਾ ਮਰਨ ਕਬੂਲ ਜੀਵਨ ਕੀ ਝਾੜਾਸ ਉਹ ਸਬਨਾ ਕੀ ਰੇਣ ਕਾ ਤਉ ਆਉ ਹਮਾਰੇ ਪਾਸ ਮਹਾਪੁਰਖ ਪਾਸ ਉਹਦਾ ਸਭ ਕੁਝ ਸਾਂਭਣ ਵਾਸਤੇ ਉਸ ਨਾਲ ਭੇਦ ਹੋਣ ਵਾਸਤੇ ਉਹਦਾ ਹਮਰਾਜ਼ ਬਣਨ ਵਾਸਤੇ ਉਹ ਸ਼ਖਸ ਆ ਸਕਦਾ ਜੋ ਸੱਚ ਦੀ ਖੋਜ ਸਭ ਕੁਝ ਕੁਰਬਾਨ ਕਰਨ ਵਾਸਤੇ ਤਿਆਰ ਹੋਵੇ ਸਭ ਕੁਰਬਾਨੀਆਂ ਨਾਲੋਂ ਵੱਡੀ ਕੁਰਬਾਨੀ ਹਉਮੇ ਦੀ ਕੁਰਬਾਨੀ ਹੈ ਅਕਾਲ ਪੁਰਖ ਹਉਮੇ ਤੋਂ ਰਹਿਤ ਹਸਦੀ ਹੈ ਮਹਾਪੁਰਖ ਹਉਮੇ ਤੋਂ ਰਹਿਤ ਹੋ ਜਾਂਦੇ ਹੈ ਜਿਨ੍ਹਾਂ ਨੂੰ ਮਹਾਪੁਰਖਾਂ ਦੀ ਨਜ਼ਰ ਚ ਕਬੂਲੇ ਜਾਣ ਦਾ ਸ਼ੌਕ ਹੋਵੇ ਉਹਨਾਂ ਨੂੰ ਆਪਣੀ ਹੋਂਮੇ ਤਿਆਗਣ ਵਾਸਤੇ ਖੇੜੇ ਮਤੇ ਤਿਆਰ ਹੋਣਾ ਚਾਹੀਦਾ ਹੈ ਤੇ ਹੋਂਮੇ ਦੇ ਤਿਆਗਣ ਦਾ ਮਤਲਬ ਹੋਂਮੇ ਨਾਲ ਸਬੰਧ ਰੱਖਣ ਵਾਲਾ ਸਭ ਕੁਝ ਤਿਆਗਣਾ ਹੈਟ ਲਿਖੀ ਅੰਗਰੇਜ਼ੀ ਵਿੱਚ ਕਿਸੇ ਮਹਾਂਪੁਰਖ ਦਿਆਂ ਸਤਰਾਂ ਸਾਬਤ ਕਰਦੀਆਂ ਕਿ ਸਭ ਮੁਲਕਾਂ ਦੇ ਮਹਾਂਪੁਰਖ ਆਤਮ ਮਾਰਗ ਉਤੇ ਚੱਲਣ ਵਾਲਿਆਂ ਤੋਂ ਪਹਿਲੀ ਮੰਗ ਵਿੱਚ ਸਭ ਕੁਝ ਲੈ ਲੈਂਦੇ ਹੈ ਬਿਫੋਰ ਦਾ ਆਈਜ਼ ਕੈਨ ਸੀ ਤੇ ਮਸਟ ਬੀ Incapable of tears. Before the ear can hear, it must have lost its sensitiveness. Before the voice can speak in the presence of the master, it must have lost the power of wound. Before the soul can stand in the presence of the master, its feel must be washed in the blood of the ਜੇ ਕੋਈ ਕੁਝ ਕਰ ਸਕਣ ਦਾ ਹੌਸਲਾ ਰੱਖੇ ਉਹ ਮਹਾਪੁਰਖਾਂ ਦਾ ਨਿਕਟ ਵਰਤੀ ਤੇ ਹਮਰਾਜ਼ ਬਣ ਸਕਦਾ ਹੈ ਉਹ ਮਹਾਪੁਰਖਾਂ ਦਾ ਸਭ ਕੁਝ ਸਾਮ ਸਕਦਾ ਹੈ ਮਹਾਪੁਰਖ ਆਪਣਾ ਸਭ ਕੁਝ ਐਸੀ ਆਦਮੀ ਤੋਂ ਉਵਾਰਣ ਵਾਸਤੇ ਉਤਾਵਲੇ ਹੁੰਦੇ ਹੈ ਇੱਥੇ ਨੁਕਤਾਚੀਨ ਆਦਮੀ ਸਵਾਲ ਕਰ ਸਕਦਾ ਹੈ ਕਿ ਜੇ ਧਰਮ ਦੀ ਆਖਰੀ ਮੰਜ਼ਿਲ ਐਡੀ ਕੱਟਣ ਹੈ ਜਿੱਥੇ ਕਿ ਮੌਤ ਮੰਜ਼ੂਰ ਕਰਨੀ ਹੈ ਤੇ ਜੀਵਨ ਦੀ ਆਸ ਛੱਡਣੀ ਪੈਂਦੀ ਹੈ ਤਾਂ ਧਰਮ ਦੀ ਸਹਾਇਤਾ ਮੰਗਣੀ ਤੇ ਦੀ ਚਾਹ ਕਰਨੀ ਹੀ ਫਜ਼ੂਲ ਹੈ ਕਿਉਂਕਿ ਜ਼ਿੰਦਗੀ ਨੂੰ ਗਵਾ ਕੇ ਜੇ ਕੁਝ ਮਿਲੇ ਉਹ ਕਿਸ ਕੰਮ ਦਾ ਹੋ ਸਕਦਾ ਹੈ ਜਰਨ ਗੌਰ ਨਾਲ ਉਤਲੇ ਮਹਾਬਾਗ ਨੂੰ ਪੜਿਆਂ ਪਤਾ ਲੱਗੇਗਾ ਕਿ ਪਹਿਲੀ ਤੁਕ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਦੇ ਅਸਲੀ ਮਤਲਬ ਨੂੰ ਦੂਜੀ ਤੁਕ ਹੋ ਸਬਨਾ ਕੀ ਰੇਣਕਾ ਤਉ ਹਾਉ ਹਮਾਰੇ ਪਾਸ ਸਾਫ ਕਰ ਦਿੰਦੀ ਹੈ ਪਹਿਲੀ ਤੁਕ ਚ ਮਰਨ ਦਾ ਅਰਥ ਸੱਚਮੁੱਚ ਮਰਨਾ ਨਹੀਂ ਐ ਪਰ ਮਨ ਨੂੰ ਐਸੇ ਨਿਰਮਾਣਤਾ ਦੇ ਦਰਜੇ ਤੱਕ ਨਿਵਾਣਾ ਕਿ ਤੇ ਸਬਨਾ ਕੀ ਰੇਣਕਾ ਦਾ ਅਰਥ ਘਟ ਸਕੇ ਸਬਨਾ ਕੀ ਰੇਣਕਾ ਹਉਮੇ ਪਰੇ ਮਨ ਕੋਲੋਂ ਮੌਤ ਦੇ ਬਰਾਬਰ ਦੀ ਮੰਗ ਹੈ ਮਰਿਆ ਹੋਇਆ ਆਦਮੀ ਮੁਕੰਮਲ ਤੌਰ ਤੇ ਨਿਰਮਾਣ ਹੁੰਦਾ ਹੈ ਐ ਪਰ ਜਿਉਂਦੇ ਕੋਲੋਂ ਮੋਏ ਹੋਏ ਆਦਮੀ ਵਰਗੀ ਨਿਮਰਤਾ ਮੰਗਣੀ ਬੜੀ ਔਖੀ ਤੇ ਕਰੜੀ ਮੰਗ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਮੰਗ ਪਰੇ ਦੀਵਾਨ ਚ ਕੀਤੀ ਸੀ ਪੰਜ ਸਿੱਖਾਂ ਦੇ ਸਿਰ ਮੰਗਣ ਤੋਂ ਹਜ਼ੂਰ ਦੀ ਅਸਲ ਮੁਰਾਦ ਸਿਰਾਂ ਨੂੰ ਲਾ ਕੇ ਸਰੀਰ ਤੋਂ ਅੱਡ ਕਰ ਦੇਣ ਦੀ ਨਹੀਂ ਸਗੋ ਹਉਮੈ ਦਾ ਪੂਰਨ ਤਿਆਗ ਸੀ ਇਨਸਾਨ ਨੂੰ ਜਾਨ ਬੜੀ ਪਿਆਰੀ ਹੁੰਦੀ ਹੈ ਜੋ ਆਦਮੀ ਜਾਨ ਵਾਰਨ ਤੱਕ ਤਿਆਰ ਹੋ ਜਾਏ ਉਹ ਹਉਮੈ ਉੱਤੇ ਫਤਿਹ ਆਬ ਜਾਂ ਸਬਨਾ ਕੀ ਰੇਣਕਾ ਹੁੰਦੀ ਕਾਬਲ ਸਮਝਿਆ ਜਾ ਸਕਦਾ ਹੈ ਜੀਵਨ ਦੀ ਕੁਰਬਾਨੀ ਹਉਮੈ ਦੇ ਤਿਆਗ ਦੀ ਅਸਲੀ ਕਸਵਟੀ ਹੈ ਆਉ ਹਮਾਰੇ ਪਾਸ ਦੇ ਉੱਚੀ ਅਵਸਥਾ ਦੇ ਸਿਮਰਨ ਅਭਿਆਸੀਆਂ ਲਈ ਇੱਕ ਨਵੇਂ ਅਰਥ ਹੋ ਜਾਂਦੇ ਹੈ ਸਿਮਰਨ ਅਭਿਆਸੀ ਜਦ ਇੰਦਰੀਆਂ ਨਾਲੋਂ ਆਪਣੀ ਸੁਰਤੀ ਨਖੇੜ ਕੇ ਆਪਣੇ ਅਸਲੇ ਨਾਲ ਰਲ ਮਿਲ ਜਾਂਦਾ ਹੈ ਤਾ ਤੁਨੂੰ ਇੰਦਰੀਆਂ ਦੀ ਦੁਨੀਆ ਚ ਆਉਣਾ ਤਲਕ ਮਹਿਸੂਸ ਹੁੰਦਾ ਹੈ ਇਸ ਮੰਡਲ ਚ ਆਉਣਾ ਕਿਸੇ ਡਾਢੀ ਕੰਡਿਆਂ ਭਰੀ ਧਰਤੀ ਤੇ ਡਿੱਗਣ ਦੇ ਬਰਾਬਰ ਪ੍ਰਤੀਤ ਹੁੰਦਾ ਹੈ ਇਥੇ ਸੰਸਾਰੀ ਜੀਵਨ ਦੀ ਉੱਕੀ ਆਸ ਖਤਮ ਹੋ ਚੁੱਕਦੀ ਹੈ ਇਸ ਅਵਸਥਾ ਵੱਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਇਸ਼ਾਰਾ ਹੈ ਜਦ ਆਪ ਫਰਮਾਉਂਦੀ ਹੈ ਚਿਤ ਨਭੈਉ ਅਮਰ ਹੋਵਨ ਕੇ ਚੁਬੀ ਰਹੀ ਸੁਤ ਪ੍ਰਭ ਚਰਨਨ ਮੈਂ ਇਸ ਅਵਸਥਾ ਦੇ ਤੰਗੀ ਨੂੰ ਵੀ ਜੀਵੀ ਜ਼ਿੰਦਗੀ ਤੋਂ ਮਰਨ ਕਬੂਲਣਾ ਪੈਂਦਾ ਹੈ ਤੇ ਇੰਦਰੀਆਂ ਦੀ ਦੁਨੀਆ ਦੀ ਆਸ ਛੱਡਣੀ ਪੈਂਦੀ ਹੈ ਇਹਨੂੰ ਛੱਡਿਆ ਉਹਨੂੰ ਉਹ ਗੁੰਗੇ ਦੀ ਮਠਿਆਈ ਮਿਲਦੀ ਹੈ ਜਿਹਦਾ ਵਰਣਨ ਇਨਸਾਨੀ ਬੋਲੀ ਚ ਨਾ ਕਦੇ ਹੋਇਆ ਨਾ ਹੋ ਸਕਦਾ ਤੇ ਮਾਤ ਲੋਕ ਦੇ ਖੇਡ ਨੂੰ ਕਾਇਮ ਰੱਖਣ ਵਾਸਤੇ ਨਾ ਕਦੀ ਹੋਣਾ ਚਾਹੀਦਾ ਧੰਨਵਾਦ